ਹਰਮਨਪ੍ਰੀਤ ਦੀ ਫਰਜ਼ੀ ਡਿਗਰੀ ਦਾ ਮਾਮਲਾ ਸੁਰਖੀਆਂ 'ਚ ਬਣਿਆ ਹੋਇਆ ਹੈ। ਬੀਤੇ ਦਿਨੀ ਮੋਗਾ ਤੋਂ ਇੱਕ ਕ੍ਰਿਕਟਰ ਇੱਕ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੀ ਸੀ, ਪਰ ਮੀਡੀਆ ਕਰਮੀਆਂ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਭੱਜ ਕੇ ਆਪਣੀ ਵੈਨਿਟੀ ਵੈਨ 'ਚ ਬੈਠ ਗਈ। ਮੀਡੀਆ ਵਾਲੇ ਵੀ ਮਾਮਲੇ ਤੇ ਪ੍ਰਤੀਕਰਮ ਲੈਣ ਲਈ ਵੈਨਿਟੀ ਵੈਨ ਦੇ ਬਾਹਰ ਜਮਾਵੜਾ ਲਗਾਏ ਖੜੇ ਰਹੇ, ਪਰ ਮੈਦਾਨ ਤੇ ਚੌਕੇ ਛੱਕੇ ਨਾਲ ਵਿਰੋਧੀ ਟੀਮ ਨੂੰ ਜਵਾਬ ਦੇਣ ਵਾਲੀ ਹਰਮਨ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਦੀ ਹਿੰਮਤ ਨਾ ਜੁਟਾ ਪਾਈ ਤੇ ਕਰੀਬ ਇੱਕ ਘੰਟਾ ਵੈਨਿਟੀ ਵੈਨ 'ਚ ਹੀ ਬੈਠੀ ਰਹੀ। ਕਿਸੇ ਤਰ੍ਹਾਂ ਮੀਡੀਆ ਨੂੰ ਸਮਝਾਇਆ ਗਿਆ ਕਿ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਵੇਗਾ। ਬਾਅਦ ਵਿੱਚ ਉਹ ਮੀਡੀਆ ਸਾਹਮਣੇ ਤਾਂ ਆਈ, ਪਰ ਫਰਜ਼ੀ ਡਿਗਰੀ ਮਾਮਲੇ ਦੇ ਸਵਾਲਾਂ ਨੂੰ ਬੜੀ ਚਲਾਕੀ ਨਾਲ ਟਾਲ ਗਈ ਤੇ ਕਾਰ 'ਚ ਬੈਠ ਕੇ ਉੱਥੋਂ ਨਿਕਲ ਗਈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਪਿਛਲੇ 1 ਮਾਰਚ ਨੂੰ DSP ਦੀ ਨੌਕਰੀ ਹਾਸਲ ਕੀਤੀ ਸੀ। ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਵਰਦੀ ਤੇ ਸਟਾਰ ਲਗਾਏ ਸਨ, ਪਰ ਇਸੇ ਦੌਰਾਨ ਹਰਮਨਪ੍ਰੀਤ ਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਫਰਜ਼ੀ ਡਿਗਰੀ ਦੇ ਆਧਾਰ ਤੇ ਪੰਜਾਬ ਪੁਲਿਸ 'ਚ DSP ਦੀ ਨੌਕਰੀ ਹਾਸਲ ਕੀਤੀ ਹੈ। ਹੁਣ ਇਸ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਹਰਮਨਪ੍ਰੀਤ ਦੀ ਸਾਖ ਨੂੰ ਜਿੱਥੇ ਕਾਲਾ ਧੱਬਾ ਲੱਗਿਆ, ਉੱਥੇ DSP ਦੀ ਨੌਕਰੀ ਵੀ ਹੱਥੋਂ ਜਾਂਦੀ ਲੱਗ ਰਹੀ ਹੈ। ਚੰਡੀਗੜ੍ਹ ਤੋਂ ਠਾਕੁਰ ਅਮਨਦੀਪ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।